ਸਤਿ ਸ਼੍ਰੀ ਅਕਾਲ ਜੀ, ਤਾਂ ਬਹੁਤ ਸਵਾਗਤ ਆ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ। ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਜੀ ਅਨਬੋਕਸਿੰਗ ਇੱਕ ਗਲੋਬ ਦੀ। ਜਿਵੇਂ ਕਿ ਤੁਸੀਂ ਆਮ ਗਲੋਬ ਬਹੁਤ ਦੇਖੇ ਹੋਣਗੇ ਮਾਰਕੀਟ ਦੇ ਵਿੱਚ, ਬਹੁਤ ਸਾਰੇ ਆਮ ਸਿੰਪਲ ਜਿਹੇ ਗਲੋਬ ਮਿਲਦੇ ਨੇ ਜਿਹੜੇ ਕਿ ਤੁਸੀਂ ਇੱਥੇ ਦੇਖ ਸਕਦੇ ਹੋਗੇ, ਜਿਨ੍ਹਾਂ ਦੇ ਉੱਪਰ ਦੇਸ਼, ਮਹਾਂਦੀਪ ਅਤੇ ਉਹਨਾਂ ਦੇ ਬਾਰੇ ਜਾਣਕਾਰੀ ਹੁੰਦੀ ਆ। ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਅਜਿਹਾ ਗਲੋਬ ਜਿਹਦੇ ਉੱਤੇ ਤੁਸੀਂ 4D ਤਰੀਕੇ ਦੇ ਨਾਲ ਦੇਖ ਸਕਦੇ ਹੋ। ਹੁਣ ਜਦੋਂ ਅਸੀਂ ਇਹਨਾਂ ਦੋਨਾਂ ਗਲੋਬਸ ਨੂੰ ਇਕੱਠੇ ਰੱਖ ਰਹੇ ਹਾਂਗੇ, ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਇੱਕ ਸਾਈਡ 'ਤੇ ਮੈਂ ਆਹ ਰੱਖਿਆ ਗਾ, ਇਹ ਕੀ ਆ, ਕਿਹੜੀ ਕੰਪਨੀ ਦਾ ਗਾ, ਕਿਵੇਂ ਇਹ ਕੰਮ ਕਰਦਾ, ਇਹਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਵੀਡੀਓ ਦੇ ਵਿੱਚ। ਪਰ ਇੱਥੇ ਤੁਹਾਨੂੰ ਇਹਦਾ ਕੰਪੈਰੀਜ਼ਨ ਕਰਕੇ ਦਿਖਾਉਂਦੇ ਹਾਂ। ਸਾਈਜ਼ ਦੇ ਵਿੱਚ ਇਹ ਥੋੜ੍ਹਾ ਜਿਹਾ ਛੋਟਾ ਗਾ ਆਮ ਨੋਰਮਲ ਗਲੋਬ ਦੇ ਨਾਲੋਂ, ਇਹ ਸ਼ਿਫੂ ਕੰਪਨੀ ਦਾ ਗਲੋਬ ਹੈਗਾ। ਜੇਕਰ ਤੁਸੀਂ ਇਹਨੂੰ ਲੈਣਾ ਹੋਵੇ ਤਾਂ ਤੁਸੀਂ ਇਹਨੂੰ ਔਨਲਾਈਨ ਐਮਾਜ਼ੋਨ ਤੋਂ ਜਾਂ ਫਲਿੱਪਕਾਰਟ ਤੋਂ ਲੈ ਸਕਦੇ ਹੋ, ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗਾ। ਪਰ ਉੱਥੋਂ ਤੁਹਾਨੂੰ ਇਹ ਲਗਭਗ 2,000 ਰੁਪਏ ਦੇ ਵਿੱਚ ਮਿਲੂਗਾ। ਮੈਂ ਇਹਨੂੰ ਐਮਾਜ਼ੋਨ ਸਟੋਰ ਤੋਂ ਲੈ ਕੇ ਆਇਆ ਕਿਉਂਕਿ ਅੱਜ ਕੱਲ੍ਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਆਮ ਐਮਾਜ਼ੋਨ ਸਟੋਰ ਬਣ ਰਹੇ ਨੇਗੇ, ਅਤੇ ਉੱਥੇ ਇਹ ਮੈਨੂੰ ਅੱਧੇ ਰੇਟ 'ਤੇ ਮਿਲਿਆ। ਮੈਂ ਖੁਦ ਪਹਿਲਾਂ ਔਨਲਾਈਨ ਚੈੱਕ ਕੀਤਾ ਤਾਂ ਮੈਨੂੰ ਇਹ 2,000 ਰੁਪਏ ਦਾ ਦਿਖਾਇਆ ਜਾ ਰਿਹਾ ਸੀ ਐਮਾਜ਼ੋਨ 'ਤੇ। ਮੈਂ ਜਦੋਂ ਐਮਾਜ਼ੋਨ ਸਟੋਰ 'ਤੇ ਗਿਆ ਤਾਂ ਮੈਨੂੰ ਉੱਥੇ ਸਿਰਫ ਇਹ 1,000 ਰੁਪਏ ਦੇ ਵਿੱਚ ਮਿਲਿਆ। ਤਾਂ ਮੈਂ ਤੁਹਾਨੂੰ ਦਿਖਾਉਣਾ ਵੀ ਇਹਦੇ ਵਿੱਚ ਕੀ ਕੁਛ ਆ। ਤਾਂ ਆਪਾਂ ਇਹਦੀ ਅਨਬੋਕਸਿੰਗ ਕਰਦੇ ਹਾਂ ਜੀ ਇੱਥੇ। ਤਾਂ ਇੱਥੇ ਮੈਂ ਇਹ ਉੱਥੋਂ ਖੋਲ੍ਹ ਕੇ ਇਹ ਚੈੱਕ ਕਰਕੇ ਲਿਆਇਆ ਸੀਗਾ ਇੱਕ ਵਾਰੀ, ਤਾਂ ਕਰਕੇ ਖੁੱਲ੍ਹਾ ਹੀ ਹੋਏਗਾ, ਤੁਹਾਨੂੰ ਬਸ ਦਿਖਾ ਦਿੰਦੇ ਆਪਾਂ। ਤਾਂ ਇਹਦੇ ਵਿੱਚ ਕੀ ਕੁਛ ਆ ਜੀ, ਇਹਦੇ ਵਿੱਚ ਹੈ ਜੀ ਕਾਹਾ ਗਲੋਬ, ਅਤੇ ਇਹਨੂੰ ਤੁਸੀਂ ਜਿਵੇਂ ਕਿ ਇੱਥੇ ਦੇਖ ਸਕਦੇ ਹੋ, ਇੱਥੇ ਇਹਦੇ ਸ਼ਿਫੂਰ ਦਾ ਬ੍ਰਾਂਡ ਲੱਗਿਆ ਹੋਇਆ ਹੈਗਾ, ਅਤੇ ਨਾਲ ਇਹਦੇ ਵਿੱਚ ਹੈਗਾ ਜੀ ਕਾਹਾ ਸਟੈਂਡ ਹੈਗਾ, ਇਹਦਾ ਗਲੋਬ ਦਾ ਸਟੈਂਡ, ਇਹਨੂੰ ਵੀ ਆਪਾਂ ਇਹਦੇ ਵਿੱਚ ਨਾਲ ਇਹਦੇ ਅਟੈਚ ਕਰ ਦਿੰਦੇ ਹਾਂ। ਇਹ ਸਿੰਪਲ ਹੀ ਹੈਗਾ, ਇਹਨੂੰ ਕੋਈ ਵੀ ਬੱਚਾ ਵੀ ਅਟੈਚ ਕਰ ਸਕਦਾ। ਅਤੇ ਇੱਕ ਇਹਦੇ ਵਿੱਚ ਆਪਾਂ ਨੂੰ ਹੋਰ ਬੋਕਸ ਦਿੱਤਾ ਗਾ, ਤਾਂ ਇਹ ਇੱਕ ਆ ਸਿੰਪਲ ਗੱਤਾ ਜਾਗਾ, ਇਹ ਕੁਛ ਨਹੀਂ ਹੈਗਾ, ਉਹਦੇ ਸਟੈਂਡ ਦੇ ਨੀਚੇ ਰੱਖਣੀ ਆ। ਤਾਂ ਆਹ ਜਿਹੜਾ ਇੱਕ ਟ੍ਰੈਂਗੂਲਰ ਸ਼ੇਪ ਦਾ ਦਿੱਤਾ ਜੀ, ਇਹਦੇ ਵਿੱਚ ਦਿੱਤੀਆਂ ਨੇ 3 ਚੀਜ਼ਾਂ। ਇੱਕ ਤਾਂ ਦਿੱਤੀ ਆ ਮੋਰ, ਜਿਹਨੂੰ ਆਪਾਂ ਸਟੈਂਪ ਕਹਿ ਦਿੰਦੇ ਹਾਂ, ਤਾਂ ਇਹ ਸਟੈਂਪ ਉਹਨਾਂ ਨੇ ਵੀਜ਼ਾ ਟਾਈਪ ਸਟੈਂਪ ਦਿਖਾਈ ਆ। ਇਹ ਬੱਚਿਆਂ ਦੇ ਲਈ ਬਹੁਤ ਵਧੀਆ ਚੀਜ਼ ਆ, ਉਹਨਾਂ ਨੂੰ ਖੇਡਣ ਦੇ ਲਈ। ਇਸ ਤੋਂ ਬਾਅਦ ਇੱਕ ਆ ਬੁੱਕਲੈਟ ਦਿੱਤੀ ਆ ਜਿਹਦੇ ਵਿੱਚ ਆ ਵੀਜ਼ਾ ਟਾਈਪ ਸਟਿੱਕਰ ਦਿੱਤੇ ਹੋਏ ਨੇਗੇ, ਮਤਲਬ ਬੱਚਿਆਂ ਦੇ ਖੇਡਣ ਦੇ ਲਈ ਆ ਇਹ ਸਟਿੱਕਰ, ਕਿ ਜੇ ਤੁਸੀਂ ਬੱਚੇ ਨੂੰ ਕਹੋਗੇ ਕਿ ਚਲੋ ਤੁਹਾਨੂੰ ਅੱਜ ਕਨੇਡਾ ਲੈ ਕੇ ਜਾਂਦੇ ਹਾਂ ਤਾਂ ਦੱਸੋ ਕਨੇਡਾ ਕਿੱਥੇ ਆ, ਤਾਂ ਉਹ ਬੱਚੇ ਨਾਲੇ ਤਾਂ ਦੇਖਣਗੇ। ਉਸ ਤੋਂ ਬਾਅਦ ਫਿਰ ਇਹਦੇ ਵਿੱਚ ਨਾਲ ਹੀ ਹੋਰ ਚੀਜ਼ ਵੀਜ਼ਾ ਸਟਿੱਕਰ ਤੋਂ ਇਲਾਵਾ ਦਿੱਤੇ ਹੋਏ ਨੇਗੇ ਜਗਾਮਾ ਦੇ ਸਟਿੱਕਰ, ਕਿ ਜਿਵੇਂ ਪੈਰਿਸ ਕਿੱਥੇ ਆ, ਅਤੇ ਨਾਲ ਹੀ ਦੇਸ਼ਾਂ ਦੇ ਸਟਿੱਕਰ ਦੱਸੇ ਹੋਏ ਨੇ, ਉਹਨਾਂ ਦੇ ਝੰਡਿਆਂ ਦੇ ਸਟਿੱਕਰ ਨੇਗੇ। ਤਾਂ ਇੱਥੋਂ ਆਪਾਂ ਕਹਿ ਸਕਦੇ ਕਿ ਇਹਨਾਂ ਨੇ ਬਹੁਤ ਇਹ ਕ੍ਰੀਏਟਿਵ ਜਿਹੜਾ ਸਮਾਨ ਆ ਨਾਲ ਦਿੱਤਾ ਹੋਇਆ, ਜਿਹਦੇ ਵਿੱਚ ਜਿਵੇਂ ਬੁੱਕਲੈਟ ਦੇ ਵਿੱਚ ਜਾਣਕਾਰੀ ਆ ਅਤੇ ਬਾਕੀ ਆ ਸਟਿੱਕਰ ਦਿੱਤੇ ਹੋਏ ਨੇ। ਕਾਫੀ ਵਧੀਆ ਚੀਜ਼ ਲੱਗੀ ਮੈਨੂੰ ਇਹ। ਤਾਂ ਇਸ ਦੇ ਇੱਕ ਨਾਲ ਹੀ ਆਪਾਂ ਨੂੰ ਇੱਕ ਹੋਰ ਬੁੱਕਲੈਟ ਦਿੱਤੀ ਆ ਜਿਹਦੇ ਵਿੱਚ ਇਹਨਾਂ ਦੀ ਗਾਈਡ ਆ ਕਿ ਇਹ ਕਿਵੇਂ ਆ, ਕਿਹੜੀ ਆਪਾਂ ਐਪ ਡਾਊਨਲੋਡ ਕਰਨੀ ਆ, ਕੀ ਗੱਲਬਾਤ ਆ। ਤਾਂ ਇਹ ਕੋਈ ਖਾਸ ਨਹੀਂ, ਇਹਦੇ ਵਿੱਚ ਆਪਾਂ ਨੂੰ ਬਸ ਜਸਟ ਦੱਸਿਆ ਹੀ ਹੋਇਆਗਾ। ਤਾਂ ਇਹ ਤਾਂ ਤੁਸੀਂ ਜਦੋਂ ਫੋਨ ਨੂੰ ਚਲਾਓਗੇ, ਐਂਡਰਾਇਡ ਦੇ ਵਿੱਚ ਐਪ ਡਾਊਨਲੋਡ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ। ਉਸ ਤੋਂ ਬਾਅਦ ਇੱਕ ਆਹ ਚੀਜ਼ ਬੜੀ ਵਧੀਆ ਲੱਗੀ, ਇਹ ਹੈਗਾ ਜੀ ਪਾਸਪੋਰਟ। ਤਾਂ ਇੱਥੇ ਤੁਸੀਂ ਬੱਚੇ ਦਾ ਨਾਮ ਲਿਖ ਸਕਦੇ ਹੋ, ਠੀਕ ਆ, ਉਹ ਤੋਂ ਬਾਅਦ ਹੋਰ ਚੀਜ਼ਾਂ ਲਿਖ ਕੇ ਸਿਗਨੇਚਰ ਕਰਾ ਕੇ, ਤਾਂ ਮਤਲਬ ਇੱਕ ਪਾਸਪੋਰਟ ਟਾਈਪ ਬੱਚੇ ਦੇ ਖੇਡਣ ਦੇ ਲਈ ਬਣਿਆ ਹੋਇਆ ਹੈਗਾ। ਤਾਂ ਇੱਥੇ ਉਹ ਜਿਹੜੇ ਉਹ ਸਟਿੱਕਰ ਨੇਗੇ ਉਹ ਚਿਪਕੇ ਹੋਊਗਾ, ਜਿਹੜੀ ਆਪਾਂ ਦੂਸਰੀ ਬੁੱਕਲੈਟ ਦੇ ਵਿੱਚੋਂ ਦੇਖੇ ਸੀਗੇ। ਆਹ ਨੀਚੇ ਇੱਕ ਬੋਕਸ ਬਣਿਆ ਜਿੱਥੇ ਸਟੈਂਪ ਲਾ ਲਊ, ਉੱਪਰ ਉਹ ਦੱਸੂ ਵੀ ਮੈਂ ਕਿੱਥੇ ਜਾਣਾ ਗਾ, ਕਿੱਥੋਂ ਦਾ ਸਟਿੱਕਰ ਹੈਗਾ। ਤਾਂ ਮਤਲਬ ਕੁੱਲ ਮਿਲਾ ਕੇ ਇਹ ਬਹੁਤ ਵਧੀਆ ਚੀਜ਼ਾਂ ਨੇਗੀਆਂ, ਕ੍ਰੀਏਟਿਵ ਚੀਜ਼ਾਂ ਨੇਗੀਆਂ ਜੇ ਬੱਚਾ ਕਰਨਾ ਚਾਹੇ। ਤਾਂ ਹੁਣ ਚੱਲਦੇ ਹਾਂ ਜੀ ਆਪਾਂ ਆਪਣੇ ਫੋਨ ਦੇ ਉੱਤੇ। ਤਾਂ ਫੋਨ 'ਤੇ ਦੇਖਦੇ ਹਾਂ ਕਿ ਕਿਹੜੀ ਐਪ ਡਾਊਨਲੋਡ ਕਰਨੀ ਹੈ। ਜੇਕਰ ਤੁਹਾਡੇ ਕੋਲ ਟੈਬ ਆ ਤਾਂ ਟੈਬ ਜ਼ਿਆਦਾ ਬੈਟਰ ਹੈਗੀ, ਤਾਂ ਮੈਂ ਆਪਣੇ ਫੋਨ ਦੇ ਉੱਤੇ ਕਰਕੇ ਦਿਖਾਊਂਗਾ ਤੁਹਾਨੂੰ। ਤਾਂ ਤੁਸੀਂ ਆਪਣੇ ਫੋਨ ਦੇ ਪਲੇ ਸਟੋਰ ਦੇ ਵਿੱਚ ਜਾਣਾ, ਅਤੇ ਪਲੇ ਸਟੋਰ ਦੇ ਵਿੱਚ ਜਾ ਕੇ ਉੱਥੇ ਲਿਖਣਾ ਸ਼ਿਫੂ ਔਰਬਿਟ। ਤਾਂ ਮੈਂ ਇੱਥੇ ਇਹ ਪਹਿਲੀ ਇੰਸਟਾਲ ਕਰ ਰੱਖੀ ਐਪ, ਤਾਂ ਪਰ ਮੈਂ ਤੁਹਾਨੂੰ ਦਿਖਾ ਦਿੰਦਾ। ਜਦੋਂ ਤੁਸੀਂ ਇਹਨੂੰ ਸ਼ਿਫੂ ਔਰਬਿਟ 'ਤੇ ਜਾਓਗੇ ਅਤੇ ਉਦੋਂ ਜਿਹੜੇ ਤੁਹਾਨੂੰ ਪਹਿਲੀ ਆਪਸ਼ਨ ਆਊਗੀ ਤਾਂ ਤੁਸੀਂ ਇਸੇ ਨੂੰ ਕੀ ਕਰ ਲੈਣਾ ਗਾ, ਇੰਸਟਾਲ ਕਰ ਲੈਣਾ। ਮੈਨੂੰ ਇੱਥੇ ਸਿੱਧੀ ਡਾਇਰੈਕਟ ਪਲੇ ਦੀ ਆਪਸ਼ਨ ਆ ਰਹੀ ਹੈ ਕਿਉਂਕਿ ਮੈਂ ਉਹ ਇੰਸਟਾਲ ਕਰ ਚੁੱਕਿਆ ਗਾ।
ਤਾਂ ਇਹ ਕੁਛ ਇਸ ਤਰੀਕੇ ਦੇ ਨਾਲ ਖੁੱਲੂਗੀ ਇਹ ਐਪ। ਸ਼ੀਫੂ ਇਜ਼ ਨਾਓ ਪਲੇ ਸ਼ੀਫੂ। ਬਸ ਲੈਟਸ ਸਪਿਨ ਔਰ ਬੂਟ। इस ऐप के भी तुम्हें बहुत कुछ देखने मिलेगा, बहुत सारिया चीज़ा दिखा हुई उन्होंने। वैसे इन्होंने ग्लोब के उत्ते लिखा हुआ कि यह 4D ग्लोब इस पहली जी चीज़ वो हैगी टूर। तो टूर के बखो बखरिया चीज़ा दिखाई जाएगियाँ, मैप्स दिखाए जाएंगे वो पर इस ऐप के ही ने। उदू बाद है AR एक्सपलोर, जोड़ा AR एक्सपलोर आप खोलना गा क्योंकि ये ग्लोब के उपर 4D फॉर्म के बख बखरिया चीज़ों जीडिया देखोगे। उदू बाद हैगा गा ओको पार्क आ गा, इस तो बाद मिस्ट्रीज आ, तो उस तो बाद है क्विज। तो क्विज के बच्चे क्वेश्चन पूछे जाते हैं किमें पढ़ने उन्होंने सोल्व करे तो उन्होंने बकायदा वो आंसर दसे जाएंगे। तो इन चीज़ों आप फेर करा सब तो पहला आप ग्लोब के उत्ते जाने लिए AR जोड़ा एक्सपलोर आगा वो उत्ते क्लिक करा। Choose a star on the globe and match it with the star in the center of your screen. Ensure that the room is well lit and the camera focuses on the icons. ਤੇ ਨਾਲ ਹੀ ਗਲੋਬ ਦੇ ਉੱਤੇ ਵੀ ਇੱਕ ਸਟਾਰ ਬਣੇਗਾ। ਤਾਂ ਤੁਸੀਂ ਕੀ ਕਰਨਾ, ਉਹਨਾਂ ਦੋਨੋਂ ਸਟਾਰਸ ਨੂੰ ਮੈਚ ਕਰਨਾ ਹੈ। ਤੇ ਜਦੋਂ ਤੁਸੀਂ ਉਸ ਸਟਾਰ ਨੂੰ ਲਿਆਏ ਤਾਂ ਉੱਥੇ ਇੱਕ 4D ਫਾਰਮ ਦੇ ਵਿੱਚ ਤੁਹਾਨੂੰ ਉੱਥੋਂ ਦੀਆਂ ਚੀਜ਼ਾਂ ਜਿਹੜੀਆਂ ਗਲੋਬ ਦੇ ਉੱਪਰ ਦਿਖਾਈ ਦੇਣ ਲੱਗ ਜਾਣਗੀਆਂ। ਹੁਣ ਆਪਾਂ ਭਾਰਤ ਦੇ ਉੱਤੇ ਆ ਜਾਂਦੇ ਹਾਂ। ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਐਨੀਮਲ ਦਿਖਾਏ ਜਾ ਰਹੇ ਕਿ ਕਿਹੜੇ ਕਿਹੜੇ ਜਾਨਵਰ ਮਿਲਦੇ ਨੇ, ਫਿਰ ਉੱਥੋਂ ਦਾ ਜਿਹੜਾ ਖਾਣਾ ਗਾ ਉਹ ਕਹੀ ਜਾਏਗਾ, ਫਿਰ ਉਦੋਂ ਬਾਅਦ ਮੈਪ ਦੇ ਵਿੱਚ ਭਾਰਤ ਦਾ ਝੰਡਾ ਦਿਖਾਤਾ, ਫਿਰ ਉਦੋਂ ਬਾਅਦ ਉੱਥੋਂ ਦਾ ਕਲਚਰ ਦਿਖਾਤਾ ਭਾਰਤ ਦਾ, ਅਤੇ ਫਿਰ ਇਨਵੈਂਸ਼ਨ ਦਿਖਾਤੀ ਨੇ ਕੀ ਹੋਈਆਂ, ਜਿਵੇਂ ਭਾਰਤ ਦੇ ਵਿੱਚ ਸ਼ਤਰੰਜ ਦੀ ਖੋਜ ਹੋਈ ਸੀਗੀ, ਅਤੇ ਫਿਰ ਉਦੋਂ ਬਾਅਦ ਮੋਨੂਮੈਂਟਸ ਦਿਖਾਤੀਆਂ। ਮੋਨੂਮੈਂਟਸ ਦੇ ਵਿੱਚ ਇਹਨਾਂ ਨੇ ਤਾਜ ਮਹਿਲ ਦਿਖਾਇਆ ਹੋਇਆ ਗਾ, ਇਹ ਕਿਉਂਕਿ 7 ਵੰਡਰਸ ਦੇ ਵਾਲੀਆਂ ਚੀਜ਼ਾਂ ਨੇ ਉਹ ਜ਼ਿਆਦਾ ਦਿਖਾਉਂਦੇ ਨੇ, ਤਾਂ ਆਪਣੇ ਇੱਥੇ ਸਿਰਫ ਤਾਜ ਮਹਿਲ ਹੀ ਦਿਖਾਇਆ ਗਾ। ਇਹ ਸਿਰਫ ਚੀਜ਼ਾਂ ਨੇ ਜਿਹੜੀਆਂ ਇਹ ਵੈਸੇ ਮਤਲਬ ਇਕੱਲੀਆਂ ਇੱਥੇ ਨਕਸ਼ੇ 'ਤੇ ਦਿਖਾਈਆਂ ਨਹੀਂ ਜਾ ਰਹੀਆਂ। ਜੇਕਰ ਤੁਸੀਂ ਇਹਨਾਂ ਦੇ ਉੱਤੇ ਕਲਿੱਕ ਕਰੋ ਤਾਂ ਇਹਨਾਂ ਦੀ ਅੱਗੇ ਡਿਟੇਲ ਵੀ ਦੇਖ ਸਕਦੇ ਹੋ ਉਹ ਕਿਵੇਂ ਆ, ਉਹਦੇ ਬਾਰੇ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਊਂਗਾ। ਹੁਣ ਥੋੜ੍ਹਾ ਜਿਹਾ ਤੁਹਾਨੂੰ ਹੋਰ ਆਪਾਂ ਮੈਪ ਦੇ ਉੱਤੇ ਲੈ ਕੇ ਚੱਲਦੇ ਹਾਂ, ਹੋਰ ਐਕਸਪਲੋਰ ਕਰਦੇ ਹਾਂ। ਹੁਣ ਆਪਾਂ ਯੂਰਪ ਦੇ ਵਿੱਚ ਆ ਗਏ, ਤਾਂ ਯੂਰਪ ਦੇ ਅਲੱਗ ਅਲੱਗ ਜਾਨਵਰ ਦਿਖਾਏ। ਹੁਣ ਉੱਥੋਂ ਦਾ ਆਪਾਂ ਕਲਚਰ ਦੇਖ ਲਿਆ ਕਿਵੇਂ ਆ, ਅਤੇ ਕਲਚਰ ਦੇ ਵਿੱਚ ਤੁਸੀਂ ਜਿਵੇਂ ਕਿ ਇੱਥੇ ਦੇਖ ਸਕਦੇ ਹੋ, ਇਸ ਤੋਂ ਬਾਅਦ ਉੱਥੋਂ ਦਾ ਖਾਣਾ ਆ ਗਿਆ, ਖਾਣਾ ਕਿਵੇਂ ਆ, ਅਤੇ ਆਹ ਅਲੱਗ ਅਲੱਗ ਦੇਸ਼ਾਂ ਦੇ ਝੰਡੇ ਆ ਗਏ ਯੂਰਪ ਦੇ, ਅਤੇ ਆਹ ਉੱਥੋਂ ਦੇ ਆ ਗਏ ਆ ਮੋਨੂਮੈਂਟਸ। ਮੋਨੂਮੈਂਟਸ ਦੇ ਵਿੱਚ ਜਿਹੜੀਆਂ ਉੱਥੇ ਇਮਾਰਤਾਂ ਨੇ ਉਹ, ਅਤੇ ਉਦੋਂ ਬਾਅਦ ਉੱਥੇ ਆ ਗਈਆਂ ਇਨਵੈਂਸ਼ਨ, ਇਨਵੈਂਸ਼ਨ ਕਿ ਜਿਹੜੀਆਂ ਉੱਥੇ ਖੋਜਾਂ ਹਨ। ਹੁਣ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਸਾਰੀਆਂ ਉੱਥੇ ਚੀਜ਼ਾਂ ਦਿਖਾ ਦਿੱਤੀਆਂ ਨੇ ਕਿ ਕਿਹੜੀ ਚੀਜ਼ ਦੀ ਖੋਜ ਕਿੱਥੇ ਹੋਈ, ਕਿਹੜੀ ਚੀਜ਼ ਦੀ ਖੋਜ ਕਿੱਥੇ ਹੋਈ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਇਹ ਸਿਰਫ ਇਹ ਨਹੀਂ ਗੀਆਂ ਕਿ ਇੱਥੇ ਫੋਟੋ ਦੇ ਵਿੱਚ ਦਿਖਾਈਆਂ ਨੇ, ਇਹਨਾਂ ਦੀ ਅੱਗੇ ਡਿਟੇਲ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਚੀਜ਼ ਹੈ ਕਿਹੜੇ ਦੇਸ਼ ਦੇ ਵਿੱਚ ਖੋਜ ਹੋਈ ਹੈ, ਕਿਹੜੇ ਸਾਲ ਦੇ ਵਿੱਚ ਹੋਈ ਹੈ, ਅਤੇ ਕਿਸ ਦੁਆਰਾ ਕੀਤੀ। ਤਾਂ ਕਰਕੇ ਇਹਨੂੰ ਆਪਾਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਇਹ ਬਹੁਤ ਇੱਕ ਇੰਟਰਸਟਿੰਗ ਗਲੋਬ ਹੈਗਾ ਬੱਚਿਆਂ ਦੇ ਸਿੱਖਣ ਦੇ ਲਈ, ਅਤੇ ਨਾਲ ਨਾਲ ਉਹਨੂੰ ਇਕੱਲੇ ਇਕੱਲੇ ਦੇਸ਼ ਬਾਰੇ ਪਤਾ ਲੱਗ ਜਾਂਦਾ। ਜਿਵੇਂ ਹੁਣ ਆਪਾਂ ਇੱਥੇ ਅਮੈਰੀਕਾ ਦਾ ਦੇਖ ਰਹੇ ਹਾਂ, ਉੱਥੋਂ ਦਾ ਕਲਚਰ ਦੇਖ ਲਿਆ, ਉੱਥੋਂ ਦੇ ਐਨੀਮਲਸ ਦੇਖ ਲਏ, ਠੀਕ ਹੈ ਜੀ, ਉੱਥੋਂ ਦੀਆਂ ਮੈਪ ਦੇਖ ਲਿਆ, ਉੱਥੋਂ ਝੰਡਾ ਆ ਗਿਆ ਅਮੈਰੀਕਾ ਦਾ, ਅਤੇ ਉਦੋਂ ਬਾਅਦ ਉੱਥੋਂ ਦੀਆਂ ਮੋਨੂਮੈਂਟਸ ਦੇਖ ਲਏ। ਇਸ ਪ੍ਰਕਾਰ ਬੱਚਿਆਂ ਦੇ ਸਿੱਖਣ ਦੇ ਲਈ ਇੱਕ ਇਹ ਬਹੁਤ ਇੰਟਰਸਟਿੰਗ ਚੀਜ਼ ਆ। ਵੈਸੇ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਅੱਜ ਕੱਲ੍ਹ ਯੂਟਿਊਬ 'ਤੇ ਵੀਡੀਓ ਦੇ ਫੋਰਮ 'ਚ ਮਿਲ ਜਾਂਦੀਆਂ ਨੇ। ਬਹੁਤ ਸਾਰੇ ਜਿਹੜੇ ਟਰੈਵਲਰ ਬੰਦੇ ਨੇ ਗੇ ਉਹ ਤੁਰੇ ਫਿਰਦੇ ਨੇ ਗੇ, ਉਹ ਦਿਖਾ ਦਿੰਦੇ ਨੇ ਕਿ ਆਹ ਦੇਖੋ ਜੀ ਆਹ ਤੇ ਦੇਸ਼ 'ਚ ਆਹ ਚੀਜ਼ ਬਣੀ, ਆਹ ਚੀਜ਼ ਬਣੀਆਂ। ਪਰ ਜਦੋਂ ਇੱਕ ਬੱਚਾ ਆਪਦੇ ਹੱਥਾਂ ਦੇ ਨਾਲ ਪ੍ਰੈਕਟੀਕਲੀ ਦੇਖੂਗਾ ਕਿ ਗਲੋਬ ਦੇ ਉੱਤੇ ਕਿਹੜੀ ਚੀਜ਼ ਕਿੱਥੇ ਬਣੀ ਆ, ਤਾਂ ਉਹ ਯਾਦ ਵੀ ਰੱਖੂਗਾ ਕਿ ਹਾਂ ਮੈਂ ਗਲੋਬ 'ਚ ਇੱਥੇ ਜੇ ਦੇਖੀ ਸੀ ਤਾਂ ਇੱਥੇ ਜੇ ਉਹ ਚੀਜ਼ ਬਣੀ ਹੋਈ ਆ, ਜਾਂ ਇੱਥੇ ਜੇ ਆਹ ਦੇਸ਼ ਆ, ਤਾਂ ਉਹਦੇ ਨਾਲ ਬੱਚੇ ਦਾ ਗਲੋਬ ਦੇ ਵਿੱਚ ਵੀ ਇੰਟਰਸਟ ਬਣੂਗਾ। ਅਤੇ ਮੈਂ ਕਹਿੰਦਾ ਇਹ ਛੋਟੇ ਬੱਚਿਆਂ ਦੇ ਲਈ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਆ, ਮਤਲਬ ਬਹੁਤ ਵਧੀਆ ਚੀਜ਼ ਆ। ਤਾਂ ਹੁਣ ਮੈਂ ਤੁਹਾਨੂੰ ਦੁਬਾਰਾ ਭਾਰਤ ਦੇ ਉੱਤੇ ਲੈ ਕੇ ਚੱਲਦਾ। ਤਾਂ ਹੁਣ ਮੈਂ ਤੁਹਾਨੂੰ ਭਾਰਤ ਦੇ ਵਿੱਚ ਰੋਇਲ ਬੰਗਾਲ ਟਾਈਗਰ ਬਾਰੇ ਦਿਖਾਉਣਾ ਡਿਟੇਲ, ਤਾਂ ਇਹ ਆਪਣੇ ਆਪ ਬੋਲ ਕੇ ਆਪਦੇ ਬਾਰੇ ਦੱਸੂਗਾ ਕਿ ਇਹ ਕਿਵੇਂ ਆ। On the light bulb icon to find out some cool facts. Do you know my stripes are different from my fellow tigers? No two of us have exactly the same stripes. When I'm hungry, I can eat more than 60 pounds or 27 kilograms in one night. But I eat less often. My roar can be heard as far as 2 miles,
or 3.2 kilometers away. My saliva contains healing power. That is why I lick my wounds, to disinfect them. Tap on the question icon. Drag the food that you think it'll love to eat. ਇਹਨਾਂ ਨੇ ਲਿਖਿਆ ਵਟ ਡੂ ਆਈ ਲਾਈਕ ਟੂ ਈਟ। ਤਾਂ ਹੁਣ ਇਹ ਟਾਈਗਰ ਪੁੱਛ ਰਿਹਾ ਕਿ ਮੈਨੂੰ ਕੀ ਖਾਣਾ ਪਸੰਦ ਆ। ਤਾਂ ਇੱਥੇ ਇਹਨਾਂ ਨੇ ਚਾਰ ਚੀਜ਼ਾਂ ਦਿਖਾਤੀਆਂ, ਕੈਕਟਸ, ਮੀਟ, ਕਰੈਬਸ ਅਤੇ ਪਲਾਂਟਸ। ਤਾਂ ਹੁਣ ਇਹ ਬਹੁਤ ਇੰਟਰਸਟਿੰਗ ਚੀਜ਼ ਆ ਕਿ ਉਹ ਟਾਈਗਰ ਦੇ ਮੂਹਰੇ ਇੱਕ ਸਰਕਲ ਜਿਹਾ ਬਣਾਇਆ ਹੋਇਆ ਹੈਗਾ। ਤਾਂ ਇੱਥੇ ਬੱਚਾ ਕੀ ਆ, ਉਹ ਦੇਖੂਗਾ ਕੀ ਖਾਂਦਾ ਗਾ। ਹੁਣ ਜਿਹੜੇ ਬੱਚੇ ਨੂੰ ਨਹੀਂ ਪਤਾ ਕਿ ਟਾਈਗਰ ਕੀ ਖਾਂਦਾ ਗਾ, ਤਾਂ ਉਹ ਇੱਥੇ ਬਹੁਤ ਵਧੀਆ ਤਰੀਕੇ ਨਾਲ ਸਿੱਖ ਸਕਦਾ ਗਾ, ਜਿਵੇਂ ਕਿ ਆਪਾਂ ਦੇਖਦੇ ਹਾਂ ਹੁਣ। ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਸ ਤੋਂ ਬਾਅਦ ਇਸ ਦੇ ਉੱਪਰ ਇੱਕ ਮੈਂ ਹੋਰ ਵੀਡੀਓ ਬਣਾਊਂਗਾ, ਜਿਹਦੇ ਵਿੱਚ ਤੁਹਾਨੂੰ ਦੁਨੀਆ ਦੇ ਜਿਹੜੇ 7 ਅਜੂਬੇ ਨੇ ਉਹਨਾਂ ਦੇ ਬਾਰੇ ਡਿਟੇਲ ਦੇ ਵਿੱਚ ਦੱਸਾਂਗੇ, ਅਤੇ ਇੱਥੇ ਦਿਖਾਵਾਂਗੇ ਵੀ ਇਸੇ ਗਲੋਬ ਦੇ ਉੱਪਰ। ਤਾਂ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ। ਧੰਨਵਾਦ।